ਦੇਖੋ ਜਿਹੜੀ ਪਾਵਰ ਹੈ ਨਾ ਜੀ ਇਹ ਯੂਜ਼ ਕਰਨੀ ਆਉਣੀ ਚਾਹੀਦੀ ਆ, ਕਿਉਂਕਿ ਦੋਵੇਂ ਚੀਜ਼ਾਂ ਨੂੰ ਗਲਤ ਵੀ ਯੂਜ਼ ਕੀਤਾ ਜਾ ਸਕਦਾ, ਸਹੀ ਵੀ ਕੀਤਾ ਜਾ ਸਕਦਾ ਹੈ। ਅਤੇ ਮੇਰੀ ਤਾਂ ਹਮੇਸ਼ਾ ਇਹੀ ਸੋਚ ਰਹਿੰਦੀ ਕਿ ਜਿਹੜੀ ਪਾਵਰ ਇਹਨੂੰ ਸਹੀ ਤਰੀਕੇ ਨਾਲ ਸਹੀ ਜਗ੍ਹਾ 'ਤੇ ਯੂਜ਼ ਕੀਤਾ ਜਾਵੇ ਜੀ। ਅਤੇ ਹਮੇਸ਼ਾ ਇਹੀ ਰਹਿੰਦਾ ਵਾ ਕਿ ਮੈਂ ਲੋਕਾਂ 'ਚ ਵੀ ਜਾਂਦਾ ਹੈ, ਪ੍ਰੋਬਲਮਾਂ ਸੁਣਦਾ ਹੈ ਲੋਕਾਂ ਦੀਆਂ, ਜੇ ਕਿਸੇ ਨੂੰ ਹੁੰਦੀ ਵੀ ਆ ਹਮੇਸ਼ਾ ਉਹਨਾਂ ਨੂੰ ਕਿਹਾ ਵੀ ਤੁਸੀਂ ਭਾਵੇਂ 2 ਵਜੇ ਰਾਤ ਨੂੰ ਫੋਨ ਕਰੋ 3 ਵਜੇ ਕਰੋ, ਹੁਣ ਮੇਰੇ ਕੋਲ ਰਹਿੰਦਾ ਹਮੇਸ਼ਾ ਕਿ ਮੇਰੇ ਜੇ ਮੈਨੂੰ 2 ਵਜੇ ਵੀ ਆਉਣਾ ਪਿਆ ਤਾਂ ਮੈਂ 2 ਵਜੇ ਵੀ ਹਾਜ਼ਰ ਰਹੂੰਗਾ ਇੱਥੇ। ਜੇ ਮੈਂ ਆਉਂਦਾ ਵੀ ਹਾਂ ਜਦੋਂ ਰਾਤ ਨੂੰ ਮੈਨੂੰ ਫੋਨ ਵੀ ਆ ਜਾਵੇ ਜਾਂ ਫਿਰ ਸਾਡੀ ਨਾਈਟ ਸ਼ਿਫਟਾਂ ਵੀ ਲੱਗਦੀਆਂ ਵਾ, ਰਾਤ ਨੂੰ ਵੀ ਮੈਂ ਇਸ ਏਰੀਏ ਦੇ ਵਿੱਚ ਆਉਂਦਾ ਵਾਂ ਰਾਤ ਨੂੰ, ਜਿਹੜਾ ਲੋਕ ਸੁੱਤੇ ਪਏ ਹੁੰਦੇ ਆ ਪਰ ਫਿਰ ਵੀ ਇੱਥੇ ਨਾਕੇ ਵੀ ਲਾਉਂਦੇ ਰਾਤ ਨੂੰ ਆ ਕੇ, ਅਤੇ ਲੋਕਾਂ ਦੀਆਂ ਗੱਲਾਂ ਵੀ ਸੁਣਦਾ ਹਰ ਏਰੀਏ ਦੇ ਵਿੱਚ ਮੈਂ ਜਾ ਕੇ ਆਉਂਦਾ ਜਦੋਂ ਵੀ ਸਮਾਂ ਮਿਲਦਾ ਹੈ, ਬਾਹਰ ਵੀ ਜਾ ਕੇ ਆਉਂਦਾ ਜਿਹੜੇ ਮੇਰੇ ਕੋਲ ਆਉਂਦੇ ਮਿਲਣ ਵਾਸਤੇ ਉਹਨਾਂ ਨੂੰ ਵੀ ਆਪਾਂ ਮਿਲਦੇ ਹਾਂ ਇੱਥੇ। ਜੀ